ਨਵੇਂ ਬਣ ਰਹੇ ਮਕਾਨਾਂ ਤੇ ਚੱਲਿਆ ਪੀਲਾ ਪੰਜਾ। ਜੇਸੀਬੀ ਮਸ਼ੀਨ ਨਾਲ ਪ੍ਰਸ਼ਾਸਨ ਨੇ ਢਾ ਦਿੱਤੇ ਘਰ। ਤਾਂ ਦੱਸ ਦਈਏ ਕਿ ਇੱਕ ਕਲੋਨੀ 'ਚ ਬਣ ਰਹੇ ਮਕਾਨਾਂ ਤੇ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲਿਆ। ਜਿੱਥੇ ਇਹ ਮਕਾਨ ਹਲੇ ਬਣ ਕੇ ਵੀ ਤਿਆਰ ਨਹੀਂ ਹੋਏ ਸੀ, ਤਾਂ ਇਸ ਤੋਂ ਪਹਿਲਾਂ ਹੀ ਜੇਸੀਬੀ ਮਸ਼ੀਨ ਨਾਲ ਇਹਨਾਂ ਘਰਾਂ ਨੂੰ ਢਾ ਦਿੱਤਾ ਗਿਆ, ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਵੇਖ ਸਕਦੇ ਹੋ ਕਿ ਕੁਝ ਘਰਾਂ ਦਾ ਤਾਂ ਹਲੇ ਲੈਂਟਰ ਹੀ ਪਿਆ ਸੀ ਤੇ ਇਹ ਸੁੱਕਿਆ ਵੀ ਨਹੀਂ ਸੀ, ਤਾਂ ਇਸ ਤੋਂ ਪਹਿਲਾਂ ਹੀ ਇਸ ਨੂੰ ਪ੍ਰਸ਼ਾਸਨ ਦੇ ਵੱਲੋਂ ਢਾ ਦਿੱਤਾ ਗਿਆ। ਤਾਂ ਦੱਸ ਦੇ ਕਿ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ, ਜਿੱਥੇ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਘਰਾਂ ਤੇ ਇਸ ਲਈ ਕਾਰਵਾਈ ਕੀਤੀ ਗਈ ਕਿਉਂਕਿ ਜਿਸ ਕਲੋਨੀ ਦੇ ਵਿੱਚ ਇਹ ਘਰ ਬਣ ਰਹੇ ਸੀ ਉਹ ਨਾਜਾਇਜ਼ ਜਗ੍ਹਾ ਤੇ ਸੀ, ਤੇ ਸੂਚਨਾ ਮਿਲਦੇ ਹੀ ਨਗਰ ਨਿਗਮ ਦੀ ਟੀਮ ਜੇਸੀਬੀ ਦੀ ਮਸ਼ੀਨ ਲੈ ਕੇ ਪਹੁੰਚਦੀ ਹੈ ਤੇ ਸਾਰੇ ਨਾਜਾਇਜ਼ ਘਰਾਂ ਦੀ ਉਸਾਰੀ ਨੂੰ ਰੋਕ ਕੇ ਕਾਰਵਾਈ ਕਰਦੀ ਹੈ, ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤਾਂ ਦੱਸ ਦਈਏ ਕਿ ਇਹ 3 ਏਕੜ ਦੀ ਕਲੋਨੀ ਸੀ, ਜਿਸ ਦੇ ਅੰਦਰ ਸੜਕਾਂ ਨੂੰ ਵੀ ਪ੍ਰਸ਼ਾਸਨ ਦੇ ਵੱਲੋਂ ਤੋੜ ਦਿੱਤਾ ਗਿਆ ਤੇ ਕਾਰਵਾਈ ਕੀਤੀ ਗਈ। ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਜਿੱਥੇ ਇਹ ਨਾਜਾਇਜ਼ ਜਗ੍ਹਾ ਤੇ ਬਣੀ ਹੋਈ ਸੀ, 3 ਏਕੜ ਦੀ ਕਲੋਨੀ ਸੀ, ਤਾਂ ਪ੍ਰਸ਼ਾਸਨ ਸੂਚਨਾ ਮਿਲਦੇ ਹੀ ਜੇਸੀਬੀ ਮਸ਼ੀਨ ਦੇ ਨਾਲ ਉੱਥੇ ਪਹੁੰਚਦੀ ਹੈ ਤੇ ਜੋ ਵੀ ਉੱਥੇ ਨਾਜਾਇਜ਼ ਉਸਾਰੀ ਹੋ ਰਹੀ ਸੀ ਉਹਨਾਂ ਸਾਰੀਆਂ ਨੂੰ ਢਾ ਦਿੱਤਾ ਜਾਂਦਾ ਹੈ। ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਵੇਖ ਸਕਦੇ ਹੋ ਕਿ ਕੁਝ ਮਕਾਨ ਹਲੇ ਬਣ ਕੇ ਤਿਆਰ ਵੀ ਨਹੀਂ ਹੋਏ ਸੀ, ਤਾਂ ਇਸ ਤੋਂ ਪਹਿਲਾਂ ਹੀ ਉਹਨਾਂ ਨੂੰ ਪ੍ਰਸ਼ਾਸਨ ਦੀ ਕਾਰਵਾਈ ਦਾ ਸਾਹਮਣਾ ਕਰਨਾ ਪੈਂਦਾ। ਇੱਕ ਅਸੀਂ ਅਲੀਪੁਰ ਦੇ ਵਿੱਚ ਕੋਈ 3 ਏਕੜ ਦੇ ਵਿੱਚ ਅਵੈਧ ਕਲੋਨੀ ਵਿਕਸਿਤ ਹੋ ਰਹੀ ਸੀ, ਉਹਦੇ ਵਿੱਚ ਆਪਾਂ 2-3 ਕਮਰਸ਼ੀਅਲ ਉਸਾਰੀਆਂ ਦੀ ਡੈਮੋਲੀਸ਼ਨ ਕੀਤੀ ਹੈ ਤੇ 2 ਰੈਸ਼ੀ ਸਮਾਨ ਜਿਹੜੇ ਬਣ ਚੁੱਕੇ ਸੀ ਉਹਨਾਂ ਨੂੰ ਸੀਲ ਕੀਤਾ ਹੈ। ਇਸ ਤੋਂ ਇਲਾਵਾ ਜਿਹੜੇ ਕੁਛ ਨਵੀਂ ਪਲਾਟਿੰਗ ਹੋਈ ਸੀ ਉਹਨੂੰ ਡੈਮੋਲੀਸ਼ਨ ਕਰਾ ਉਹਦੀ ਕੀਤੀ ਹੈ। ਉਹਦੇ ਮੈਨ ਹੋਲ ਜਿਹੜੇ ਸੀਵਰ ਦੇ ਸੀ ਉਹ ਉਖਾੜੇ ਆ, ਕੁਛ ਸੜਕਾਂ ਉੱਥੇ ਜਿਹੜੀਆਂ ਕੰਕਰੀਟ ਜਾਂ ਬਣ ਗਈਆਂ ਸੀ ਉਹਨੂੰ ਉਖਾੜਿਆ। ਇਸ ਤੋਂ ਇਲਾਵਾ ਜਲੰਧਰ ਰੈਵੈਨਿਊ ਐਕਸਟੈਂਸ਼ਨ, ਜਲੰਧਰ ਰੈਵੈਨਿਊ ਕੂੜਾ ਦੀ ਅਪਰੂਵ ਕਲੋਨੀ ਆ, ਪਰ ਉਹਦੇ ਵਿੱਚ ਕੁਛ ਹਿੱਸਾ ਜਿਹੜਾ ਆ ਉਹ ਅਵੈਧ ਵਿਕਸਿਤ ਹੋ ਰਿਹਾ ਸੀ, ਉੱਥੇ ਅਸੀਂ ਡੈਮੋਲੀਸ਼ਨ ਕੀਤੀ ਹੈ। ਇੱਕ ਗੋਦਾਮ ਬਣਾਇਆ ਹੋਇਆ ਸੀ ਕਿਸੇ ਨੇ, ਉੱਥੇ ਉਹਨੂੰ ਡੈਮੋਲੀਸ਼ ਕੀਤਾ ਅਤੇ ਲੋਕਾਂ ਦੇ ਕੁਛ ਜਿਹੜੇ ਅਵੈਧ ਨਿਰਮਾਣ ਕਰਕੇ ਉੱਥੇ ਰਹਿ ਰਹੇ ਸੀ, ਉਹਨਾਂ ਨੇ ਕਿਹਾ ਸਾਨੂੰ ਕੁਛ ਟਾਈਮ ਦਿਓ ਅਤੇ ਅਸੀਂ ਲੋਕ ਕਰਾਂਗੇ, ਸੋ ਦੇਖਦੇ ਹਾਂ ਉਹਨਾਂ ਨੂੰ ਕੁਛ ਟਾਈਮ ਦਿੱਤਾ ਗਿਆ। ਨਵੇਂ ਬਣ ਰਹੇ ਮਕਾਨਾਂ ਤੇ ਚੱਲਿਆ ਪੀਲਾ ਪੰਜਾ, ਜੇਸੀਬੀ ਮਸ਼ੀਨ ਨਾਲ ਪ੍ਰਸ਼ਾਸਨ ਨੇ ਢਾ ਦਿੱਤੇ ਘਰ। ਤਾਂ ਦੱਸ ਦਈਏ ਕਿ ਇੱਕ ਕਲੋਨੀ 'ਚ ਬਣ ਰਹੇ ਮਕਾਨਾਂ ਤੇ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲਿਆ। ਜਿੱਥੇ ਇਹ ਮਕਾਨ ਹਲੇ ਬਣ ਕੇ ਵੀ ਤਿਆਰ ਨਹੀਂ ਹੋਏ ਸੀ, ਤਾਂ ਇਸ ਤੋਂ ਪਹਿਲਾਂ ਹੀ ਜੇਸੀਬੀ ਮਸ਼ੀਨ ਨਾਲ ਇਹਨਾਂ ਘਰਾਂ ਨੂੰ ਢਾ ਦਿੱਤਾ ਗਿਆ, ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਵੇਖ ਸਕਦੇ ਹੋ ਕਿ ਕੁਝ ਘਰਾਂ ਦਾ ਤਾਂ ਹਲੇ ਲੈਂਟਰ ਹੀ ਪਿਆ ਸੀ ਤੇ ਇਹ ਸੁੱਕਿਆ ਵੀ ਨਹੀਂ ਸੀ, ਤਾਂ ਇਸ ਤੋਂ ਪਹਿਲਾਂ ਹੀ ਇਸ ਨੂੰ ਪ੍ਰਸ਼ਾਸਨ ਦੇ ਵੱਲੋਂ ਢਾ ਦਿੱਤਾ ਗਿਆ। ਤਾਂ ਦੱਸ ਦਈਏ ਕਿ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ, ਜਿੱਥੇ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਘਰਾਂ ਤੇ ਇਸ ਲਈ ਕਾਰਵਾਈ ਕੀਤੀ ਗਈ ਕਿਉਂਕਿ ਜਿਸ ਕਲੋਨੀ ਦੇ ਵਿੱਚ ਇਹ ਘਰ ਬਣ ਰਹੇ ਸੀ ਉਹ ਨਾਜਾਇਜ਼ ਜਗ੍ਹਾ ਤੇ ਸੀ, ਤੇ ਸੂਚਨਾ ਮਿਲਦੇ ਹੀ ਨਗਰ ਨਿਗਮ ਦੀ ਟੀਮ ਜੇਸੀਬੀ ਦੀ ਮਸ਼ੀਨ ਲੈ ਕੇ ਪਹੁੰਚਦੀ ਹੈ ਤੇ ਸਾਰੇ ਨਾਜਾਇਜ਼ ਘਰਾਂ ਦੀ ਉਸਾਰੀ ਨੂੰ ਰੋਕ ਕੇ ਕਾਰਵਾਈ ਕਰਦੀ ਹੈ, ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤਾਂ ਦੱਸ ਦਈਏ ਕਿ ਇਹ 3 ਏਕੜ ਦੀ ਕਲੋਨੀ ਸੀ, ਜਿਸ ਦੇ ਅੰਦਰ ਸੜਕਾਂ ਨੂੰ ਵੀ ਪ੍ਰਸ਼ਾਸਨ ਦੇ ਵੱਲੋਂ ਤੋੜ ਦਿੱਤਾ ਗਿਆ ਤੇ ਕਾਰਵਾਈ ਕੀਤੀ ਗਈ। ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਜਿੱਥੇ ਇਹ ਨਾਜਾਇਜ਼ ਜਗ੍ਹਾ ਤੇ ਬਣੀ ਹੋਈ ਸੀ, 3 ਏਕੜ ਦੀ ਕਲੋਨੀ ਸੀ, ਤਾਂ ਪ੍ਰਸ਼ਾਸਨ ਸੂਚਨਾ ਮਿਲਦੇ ਹੀ ਜੇਸੀਬੀ ਮਸ਼ੀਨ ਦੇ ਨਾਲ ਉੱਥੇ ਪਹੁੰਚਦੀ ਹੈ
ਤੇ ਜੋ ਵੀ ਉੱਥੇ ਨਾਜਾਇਜ਼ ਉਸਾਰੀ ਹੋ ਰਹੀ ਸੀ ਉਹਨਾਂ ਸਾਰੀਆਂ ਨੂੰ ਢਾ ਦਿੱਤਾ ਜਾਂਦਾ ਹੈ। ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਵੇਖ ਸਕਦੇ ਹੋ ਕਿ ਕੁਝ ਮਕਾਨ ਹਲੇ ਬਣ ਕੇ ਤਿਆਰ ਵੀ ਨਹੀਂ ਹੋਏ ਸੀ, ਤਾਂ ਇਸ ਤੋਂ ਪਹਿਲਾਂ ਹੀ ਉਹਨਾਂ ਨੂੰ ਪ੍ਰਸ਼ਾਸਨ ਦੀ ਕਾਰਵਾਈ ਦਾ ਸਾਹਮਣਾ ਕਰਨਾ ਪੈਂਦਾ। ਇੱਕ ਅਸੀਂ ਅਲੀਪੁਰ ਦੇ ਵਿੱਚ ਕੋਈ 3 ਏਕੜ ਦੇ ਵਿੱਚ ਅਵੈਧ ਕਲੋਨੀ ਵਿਕਸਿਤ ਹੋ ਰਹੀ ਸੀ, ਉਹਦੇ ਵਿੱਚ ਆਪਾਂ 2-3 ਕਮਰਸ਼ੀਅਲ ਉਸਾਰੀਆਂ ਦੀ ਡੈਮੋਲੀਸ਼ਨ ਕੀਤੀ ਹੈ ਅਤੇ 2 ਰੈਸ਼ੀ ਸਮਾਨ ਜਿਹੜੇ ਬਣ ਚੁੱਕੇ ਸੀ ਉਹਨਾਂ ਨੂੰ ਸੀਲ ਕੀਤਾ ਹੈ। ਇਸ ਤੋਂ ਇਲਾਵਾ ਜਿਹੜੇ ਕੁਛ ਨਵੀਂ ਪਲਾਟਿੰਗ ਹੋਈ ਸੀ ਉਹਨੂੰ ਡੈਮੋਲੀਸ਼ਨ ਕਰਾ ਉਹਦੀ ਕੀਤੀ ਹੈ। ਉਹਦੇ ਮੈਨ ਹੋਲ ਜਿਹੜੇ ਸੀਵਰ ਦੇ ਸੀ ਉਹ ਉਖਾੜੇ ਆ, ਕੁਛ ਸੜਕਾਂ ਉੱਥੇ ਜਿਹੜੀਆਂ ਕੰਕਰੀਟ ਜਾਂ ਬਣ ਗਈਆਂ ਸੀ ਉਹਨੂੰ ਉਖਾੜਿਆ। ਇਸ ਤੋਂ ਇਲਾਵਾ ਜਲੰਧਰ ਰੈਵੈਨਿਊ ਐਕਸਟੈਂਸ਼ਨ, ਜਲੰਧਰ ਰੈਵੈਨਿਊ ਪੂਰਾ ਦੀ ਅਪਰੂਵ ਕਲੋਨੀ ਆ, ਪਰ ਉਹਦੇ ਵਿੱਚ ਕੁਛ ਹਿੱਸਾ ਜਿਹੜਾ ਆ ਉਹ ਅਵੈਧ ਵਿਕਸਿਤ ਹੋ ਰਿਹਾ ਸੀ, ਉੱਥੇ ਅਸੀਂ ਡੈਮੋਲੀਸ਼ਨ ਕੀਤੀ ਹੈ। ਇੱਕ ਗੋਦਾਮ ਬਣਾਇਆ ਹੋਇਆ ਸੀ ਕਿਸੇ ਨੇ, ਉੱਥੇ ਉਹਨੂੰ ਡੈਮੋਲਿਸ਼ ਕੀਤਾ ਅਤੇ ਲੋਕਾਂ ਦੇ ਕੁਛ ਜਿਹੜੇ ਅਵੈਧ ਨਿਰਮਾਣ ਕਰਕੇ ਉੱਥੇ ਰਹਿ ਰਹੇ ਸੀ ਉਹਨਾਂ ਨੇ ਕਿਹਾ ਸਾਨੂੰ ਕੁਛ ਟਾਈਮ ਦਿਓ ਅਤੇ ਅਸੀਂ ਉਹ ਕਰਾਂਗੇ। ਸੋ ਦੇਖਦੇ ਹਾਂ, ਉਹਨਾਂ ਨੂੰ ਕੁਛ ਟਾਈਮ ਦਿੱਤਾ ਗਿਆ।